ਭਾਈ ਨੇ ਕੈਮਰਾ ਦੇਖ ਦੇ ਨਾਲ ਹੀ ਉਹ ਮੇਰੀ ਗੱਲ ਸੁਣੋ ਭੇਜ ਦੇਣਾ ਕਜ਼ਾਕਿਸਤਾਨ ਭੇਜ ਦੇਣਾ ਉਹ ਚੈੱਕ ਕਰੋ ਭਾਜੀ ਸਾਡੀ ਥੋੜੀ ਖਾਤਰਦਾਰੀ ਹੋਣੀ ਆ ਮੈਂ ਤਾਂ ਤਿਆਰ ਹੋ ਗਿਆ ਸ਼ੂਟ ਤੇ ਜਾਣ ਲਈ ਸਮਾਨ ਇਕੱਠਾ ਕਰ ਲਿਆ ਰੈਡੀ ਹੋ ਯੈਸ ਮੌਸਮ ਹੈਗਾ ਬਹੁਤ ਜ਼ਿਆਦਾ ਵਧੀਆ ਭਾਈ ਨੇ ਕੈਮਰਾ ਦੇਖ ਦੇ ਨਾਲ ਹੀ ਕਿੱਦਾਂ ਕਰ ਲਿਆ ਅੱਜ ਦਾ ਸ਼ੂਟ ਜਿਹੜਾ ਅੱਜ ਭੋਰੂਗਾ ਨਾ ਇੱਕ ਕੰਟੇਨਰ ਚ ਦਬਟਾ ਕੇ ਆਪਾਂ ਕਿਤੇ ਬਾਹਰ ਭੇਜ ਦੇਣਾ ਕਜ਼ਾਕਿਸਤਾਨ ਭੇਜ ਦੇਣਾ ਜਿਹੜਾ ਜ਼ਿਆਦਾ ਵੀ ਤੜਫੜ ਕੀਤੀ ਇਦਾਂ ਦੇ ਮੌਸਮ ਦੇ ਵਿੱਚ ਉਹ ਮਜ਼ਾ ਆਉਂਦਾ ਸ਼ੂਟ ਕਰਕੇ ਅੱਛੀ ਇਨਵੈਸਟਮੈਂਟ ਕਰਤੀ ਇਦਾਂ ਜੜਾਣਾ ਇਹ ਇੱਕ ਐਕਸਪੈਰੀਮੈਂਟ ਹੋ ਰਿਹਾ ਹੈ ਸਾਡੇ ਨਾਲ ਤੁਹਾਡੇ ਐਕਸਪੈਰੀਮੈਂਟ ਅੱਜ ਇਦਾਂ ਉੱਤੇ ਜੜਾ ਇਹ ਸਰ ਦਾ ਪਲਾਨ ਐਕਸਪੈਰੀਮੈਂਟ ਕਰਾਏਗੇ ਮਾਰੇ ਦਾ ਐਕਸਪੈਰੀਮੈਂਟ ਕਰਾਣਾ ਉੱਤੇ ਲੈ ਕੇ ਬਸ ਇਦਾਂ ਹੀ ਸ਼ੂਟ ਨਹੀਂ ਹੋ ਜਾਂਦੇ ਕਿੱਡੀ ਮਿਹਨਤ ਲੱਗ ਰਹੀ ਆ ਦੇਖ ਲਓ ਬਸ ਇੱਕ ਵਲੌਗ ਦੇ ਲਈ ਬਹੁਤ ਮਿਹਨਤ ਆ ਜਿਹੜੇ ਭਾਜੀ ਆ ਨਾ ਇਹਨਾਂ ਨੇ ਮਾਰਵਲ ਵਿੱਚ ਕੰਮ ਕੀਤਾ ਹੈ ਜਿਹੜਾ ਸਪਾਈਡਰਮੈਨ ਹੈ ਨਾ ਉਹ ਚੱਕ ਕੇ ਇੱਧਰ ਉੱਧਰ ਰੱਖਦੇ ਹੁੰਦੇ ਜੀ ਸਪਾਈਡਰਮੈਨ ਅਸੀਂ ਆਪਣੇ ਹਿਸਾਬ ਨਾਲ ਕੰਟੇਨਰ ਲਵਾ ਰਹੇ ਹਾਂ ਇਹਨੂੰ ਚੱਕ ਕੇ ਇੱਧਰ ਰੱਖ ਦੇਣਾ ਇਹਨੂੰ ਇੱਦਾਂ ਕਰ ਦੇਣਾ ਇਹਨੂੰ ਸਿੱਧਾ ਕਰ ਦੇਣਾ ਇਹਨੂੰ ਪੁੱਠਾ ਮੇਰੀ ਗੱਲ ਸੁਣ ਕੰਟੇਨਰ ਥੱਲੇ ਆ ਗਿਆ ਸਾਨੂੰ ਕਲਿੱਕਬੇਟ ਮਿਲ ਜੂ ਓਏ ਸਿਰਾ ਐਂਡ ਕਰਾਤੀ ਸੁਪਰ ਹੀਰੋ ਹੀ ਆ ਉਹ ਮਾਰਵਲ ਫੇਲ ਕਰਤੇ ਆ ਹਮਕੋ ਜਿੰਦਾ ਮਤ ਛੋੜੋ ਸਾਲੋ ਭਾਜੀ ਮਾੜੀ ਜੀ ਆਪਣੀ ਦਾੜੀ ਚਕਾ ਦੋ ਆਪਾਂ ਤੁਹਾਡੇ ਮੂੰਹ ਦੇ ਵਿੱਚ ਲੱਡੂ ਪਾਣਾ ਐਨਰਜੀ ਦੋਨੋਂ ਗੱਡੀਆਂ ਲੱਗੀਆਂ ਹੋਈਆਂ ਕੰਮ ਤੇ ਜੀਡ ਪ੍ਰੋਡਕਸ਼ਨ ਵੀ ਨਾਲ ਹੀ ਜਿਹੜੋ ਕਾਟੋ ਵੀ ਰੱਖਿਆ ਹੈ ਆ ਵਿੱਚ ਲਾਸ਼ ਆ ਭਾਜੀ ਆ ਕੁੱਟਦੇ ਪਏ ਲਾਸ਼ ਨੂੰ ਆ ਵਿੱਚ ਲਾਸ਼ ਰੱਖੀ ਸੀ ਪਹਿਲਾਂ ਕੁੱਟ ਕੇ ਮਾਰੀ ਗਏ ਫੇਰ ਭਾਜੀ ਮੈਂ ਦਿਖਾਣੀ ਨਹੀਂ ਹੈਗੀ ਜੀ ਲਾਸ਼ ਭਾਜੀ ਕਹਿੰਦੇ ਦਿਖਾਣੀ ਨਹੀਂ ਆ ਵੱਡਾ ਕੰਮ ਕਰਨ ਲੱਗੇ ਆ ਐਵੇਂ ਨਹੀਂ ਚੀਜ਼ਾਂ ਕਰਦੇ ਪੂਰੀ ਖਤਰਨਾਕ ਆਪਾਂ ਪੂਰਾ ਸਟੰਟ ਕਰਾਵਾਂਗੇ ਮੁੰਡੇ ਤੋਂ ਚੱਲ ਚੜ ਜਾ ਡਰੋਨ ਰੈਡੀ ਲਿਓ ਭਾਜੀ ਧਿਆਨ ਨਾਲ ਓਏ ਧਿਆਨ ਨਾਲ ਜਾਈ ਪੂਰਾ ਮੁੰਡਾ ਇੱਧਰ ਦਾ ਕਰਾ ਇੱਧਰ ਦਾ ਪੂਰਾ ਸਿੱਧਾ ਜਾ ਪੁੱਠਾ ਨਹੀਂ ਨਾ ਜਾਈ ਕੋਈ ਬਾਤ ਨਹੀਂ ਦੂਸਰਾ ਚੈੱਕ ਕਰੋ ਭਾਜੀ ਮਹਿੰਗੀ ਗੱਲਬਾਤ ਭਾਜੀ ਸੂਰੇ ਤੇ ਲਾਤਾ ਬਦਲਾਂ ਚ ਬੰਦਾ ਕਿੱਦਾਂ ਲੱਗ ਰਿਹਾ ਭਾਈ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਲੱਗਦਾ ਹੋਣਾ ਸਿਰਫ ਟੈਟੂ ਆ ਪਰ ਇਹ ਟੈਟੂ ਨਹੀਂ ਹੈ ਲੂਲੂਮੀਨਾਟੀ ਸੌਰੀ ਇਲੂਮੀਨਾਟੀ ਹੋ ਮੈਂ ਆਪਕੋ ਪਤਾ ਨਹੀਂ ਹੈ ਇਹ ਆਪਣੇ ਆਪ ਹੀ ਆਪਣੇ ਨੂੰ ਬੋਲ ਕੇ ਪਹਿਲੇ ਵਾਲਾ ਸਹੀ ਮੇਡ ਇਨ ਕੋਰੀਆ ਮੇਡ ਇਨ ਚਾਈਨਾ ਵੈਨਿਟੀ ਆਪਣੀ ਆਈ ਸ਼ੂਟ ਵੈਨਿਟੀ ਲੇਟ ਆਈ ਹੈ ਪਰ ਕੋਈ ਨਹੀਂ ਆ ਰਹੀ ਹੈਲੋ ਕੋਈ ਹੈ ਸਾਡੇ ਸ਼ੂਟ ਤੇ ਸਾਡੀ ਵੈਨਿਟੀ ਲੋਕ ਲਾ ਕੇ ਬੈਠਾ ਹੋਇਆ ਅੱਛਾ ਗੁੱਡੀ ਸੀ ਜਿੱਦਣ ਦਾ ਲਕਾਰਾ ਨੀ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਇੱਥੇ ਅਸੀਂ ਰੈਡੀ ਹੋਣਾ ਵੈਸੇ ਤਾਂ ਅਸੀਂ ਕਰ ਰਹੇ ਹਾਂ ਡਾਇਰੈਕਟਰ ਚ ਪਰ ਅੱਜ ਡਿਮਾਂਡ ਇਹ ਆਈ ਹੈ ਕਿ ਅਸੀਂ ਆਰਟਿਸਟ ਵੀ ਬਣਨਾ ਵਿੱਚ ਆਪਾਂ ਸਾਡੇ ਵੀ ਸਿੰਕ ਲੈ ਜਾਣਗੇ ਇਸ ਕਰਕੇ ਸਾਡੀ ਥੋੜੀ ਖਾਤਰਦਾਰੀ ਹੋਣੀ ਹੈ ਮੈਂ ਤਾਂ ਜਲਦੀ ਆਓ ਸਮਝ ਰਹੇ ਹੋ
ਕਿਵੇਂ ਦਾ ਹੋਇਆ ਸ਼ੂਟ? ਬਹੁਤ ਕੈਂਟ ਐਕਸਾਈਟਮੈਂਟ ਦੇਖ ਰਹੀ ਨਾ ਤੁਹਾਨੂੰ ਮੇਰੇ, ਮੈਨੂੰ ਤਾਂ ਲੁੱਕ ਦੇਖ ਰਹੀ ਆ ਵਾਲੀ ਮੈਡਮ ਜੋ ਬਾਲਾਂ ਦੇ ਨਾਲ ਕਲਰਾਂ ਨਾਲ ਖੇਡਦੇ ਨਾ, ਮੈਂ ਮੈਡਮ ਦੇ ਬਾਲਾਂ 'ਚ ਹਰ ਇੱਕ ਤਰ੍ਹਾਂ ਦਾ ਕਲਰ ਦੇਖ ਲਿਆ ਹੋਇਆ। 2 3 ਫੈਕਟ।